ਖਬਰ ਤੇ ਵਿਚਾਰ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸਰ ਜਸਪਾਲ ਸਿੰਘ ਜੀ ਹੇਰਾ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇਰਾ ਸਾਹਿਬ, ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਅੱਜ ਪਹਿਰੇਦਾਰ ਵੱਲੋਂ ਇੱਕ ਨਵਾਂ ਕਦਮ ਪੁੱਟਣ 'ਤੇ, ਸਫਲਤਾ ਦੇ ਵੱਲ ਵਧਣ 'ਤੇ ਆਪ ਜੀ ਨੂੰ ਵਧਾਈ ਦੇਣਾ ਚਾਹੁੰਦਾ ਔਰ ਦਰਸ਼ਕਾਂ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ ਕਿ ਲੰਮੇ ਚਿਰ ਤੋਂ ਜਿਹੜੀ ਸੰਗਤਾਂ ਦੀ ਆਸ ਸੀ ਕਿ ਅੰਗਰੇਜ਼ੀ ਦਾ ਅਖਬਾਰ ਜਿਹੜਾ ਸਿੱਖ ਕੌਮ ਦਾ, ਸਿੱਖ ਪੰਥ ਦਾ ਹੋਣਾ ਚਾਹੀਦਾ, ਅੱਜ ਉਹ ਚਿਰੋਕਣੀ ਜਿਹੜੀ ਮੰਗ ਸੀ, ਸਦਰ ਸੀ, ਉਹ ਪੂਰੀ ਹੋਈ ਆ। ਇਸ 'ਤੇ ਮੈਂ ਜਿੱਥੇ ਹੇਰਾ ਸਾਹਿਬ ਨੂੰ ਵਧਾਈ ਦਿੰਦਾ ਉੱਥੇ ਆਪ ਸਾਰਿਆਂ ਨੂੰ ਵੀ ਵਧਾਈ ਦਿੰਦਾ ਵਾਂ। ਔਰ ਅੱਜ ਦਾ ਜਿਹੜਾ ਸਾਡਾ ਵਿਸ਼ਾ ਵਾ ਖਬਰ ਅਤੇ ਵਿਚਾਰ ਦਾ, ਉਹ ਅੰਗਰੇਜ਼ੀ ਅਖਬਾਰ 'ਤੇ ਹੀ ਹੈ। ਹੇਰਾ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜਾ ਆਪਾਂ ਅੱਜ ਰੋਜ਼ਾਨਾ ਹੱਕ ਸੱਚ ਦਾ ਪਹਿਰੇਦਾਰ ਸ਼ੁਰੂ ਕੀਤਾ, ਸੰਗਤਾਂ ਦੀ ਸੇਵਾ ਨੂੰ ਸਮਰਪਿਤ ਕੀਤਾ, ਉਹਦੇ ਬਾਰੇ ਕੋਈ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ। ਪਰਮਜੀਤ ਸਿੰਘ ਜੀ, ਜਿਸ ਤਰ੍ਹਾਂ ਕੱਲ੍ਹ ਦੇ ਸੰਪਾਦਕੀ ਵਿੱਚ ਵੀ ਮੈਂ ਜ਼ਿਕਰ ਕੀਤਾ ਕਿ ਆਖਰ ਨੂੰ ਇਹ ਜਿਹੜਾ ਅੰਗਰੇਜ਼ੀ ਵਿੱਚ ਪਹਿਰੇਦਾਰ ਹੈ, ਇਹ ਕਿਉਂ ਸ਼ੁਰੂ ਕੀਤਾ ਗਿਆ। ਹਾਲਾਂਕਿ ਸਾਡੀ ਜਿਹੜੀ ਪੂਰੀ ਦੀ ਪੂਰੀ ਸਮਰਪਿਤ ਭਾਵਨਾ ਵਾਂ, ਉਹ ਪੂਰੀ ਦੀ ਪੂਰੀ ਪੰਜਾਬੀ ਦੇ ਨਾਲ ਆ, ਅਤੇ ਸਾਡੀ ਮਨ ਦੀ ਇੱਛਾ ਕਿ ਪੰਜਾਬੀ ਮਾਂ ਬੋਲੀ ਆ ਜਿਹੜੀ ਸਾਡੀ, ਇਹ ਸਾਡੇ ਪੰਜਾਬ ਵਿੱਚ ਹੀ ਨਹੀਂ ਸਮੁੱਚੇ ਵਿਸ਼ਵ ਦੇ ਵਿੱਚ ਅਸੀਂ ਇਹਨੂੰ ਪਟਰਾਨੀ ਬੋਲੀ ਆ ਜਿਹੜੀ ਉਸ ਦੇ ਰੂਪ ਵਿੱਚ ਸਥਾਪਿਤ ਕਰ ਸਕੀਏ। ਜਿਸ ਤਰ੍ਹਾਂ ਅਸੀਂ ਵਾਰ ਵਾਰ ਜਦੋਂ ਵੀ ਕਦੇ ਜ਼ਿਕਰ ਆਉਂਦਾ ਕਿ ਅਦਾਰਾ ਪਹਿਰੇਦਾਰ ਆ ਜਿਹੜਾ, ਇਹ ਕਿਉਂ ਸ਼ੁਰੂ ਕੀਤਾ ਗਿਆ, ਆਖਰ ਨੂੰ ਸਾਡਾ ਕੀ ਮੰਤਵ ਸੀ, ਸੋ ਉਦੋਂ ਵੀ ਜਿਹੜਾ ਮੈਂ ਆਪਣੇ ਮਨ ਦਾ ਜਿਹੜਾ ਮੇਰਾ ਬਲਬਲਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਇਸ ਗੱਲ ਦੇ ਸਮਰੱਥ ਨੇ ਕਿ ਉਹ ਸਮੁੱਚੀ ਦੁਨੀਆ ਨੂੰ ਹਰ ਖੇਤਰ 'ਚ, ਚਾਹੇ ਉਹ ਵਿਗਿਆਨ ਦਾ ਖੇਤਰ ਹੈ, ਚਾਹੇ ਉਹ ਧਰਮ ਦਾ ਖੇਤਰ ਹੈ, ਚਾਹੇ ਉਹ ਰਾਜਨੀਤੀ ਦਾ ਖੇਤਰ ਹੈ, ਚਾਹੇ ਉਹ ਆਰਥਿਕਤਾ ਦਾ ਖੇਤਰ ਹੈ, ਚਾਹੇ ਉਹ ਸਮਾਜਿਕ ਖੇਤਰ ਹੈ, ਚਾਹੇ ਉਹ ਸੱਭਿਆਚਾਰਕ ਖੇਤਰ ਹੈ, ਕਿਸੇ ਤਰ੍ਹਾਂ ਦਾ ਵੀ ਖੇਤਰ ਹੈ ਜਿਹੜਾ ਮਨੁੱਖ ਨੂੰ ਹਰ ਤਰ੍ਹਾਂ ਦੀ ਅਗਵਾਈ, ਈਵਨ ਕਿ ਜਿਹੜੀ ਬੰਦੇ ਦੀ ਮਨੋਵਿਗਿਆਨਕ ਸਥਿਤੀ ਆ, ਜਿਹੜਾ ਸਾਡਾ ਮਨੋਵਿਗਿਆਨ ਦਾ ਵਿਸ਼ਾ, ਉਹ ਉਸ ਵਿਸ਼ੇ 'ਤੇ ਵੀ ਗੁਰੂ ਗ੍ਰੰਥ ਸਾਹਿਬ ਆ ਜਿਹੜਾ ਹਰ ਮਨੁੱਖ ਨੂੰ, ਹਰ ਵਰਗ ਨੂੰ ਅਗਵਾਈ ਦੇਣ ਦੇ, ਪੂਰੀ ਯੋਗ ਅਗਵਾਈ ਦੇਣ ਦੇ ਸਮਰੱਥ ਨੇ। ਅਤੇ ਸਾਡੇ ਮਨ ਦਾ ਇਹ ਬਲਬਲਾ ਸੀ ਕਿ ਇਹ ਮਹਾਨ ਗ੍ਰੰਥ ਜਿਹਨੂੰ ਅੱਜ ਦੁਨੀਆ ਦੀਆਂ ਜਿਹੜੀਆਂ ਵਿਗਿਆਨਕ ਧਿਰਾਂ ਨੇ ਉਹ ਵੀ ਪ੍ਰਵਾਨ ਕਰ ਚੁੱਕੀਆਂ, ਅਤੇ ਨਾਸਾ ਵਰਗੀ ਸੰਸਥਾ ਜਿਹੜੀ ਉਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਮੇਂ ਸਮੇਂ 'ਤੇ ਅਗਵਾਈ ਲੈਂਦੀ ਹੈ। ਅਤੇ ਸਾਡੇ ਮਨ ਦਾ ਬਲਬਲਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਜਿਹੜਾ ਉਹ ਵਿਸ਼ਵ ਗ੍ਰੰਥ ਵਜੋਂ ਸਥਾਪਿਤ ਹੋਵੇ, ਅਤੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਮੰਨਣ ਵਾਲੇ ਨੇ, ਜਿਨ੍ਹਾਂ ਨੂੰ ਅਸੀਂ ਸਿੱਖ ਕਹਿੰਦੇ ਹਾਂ, ਉਹ ਧਰਮ ਆ ਜਿਹੜਾ ਉਹ ਵਿਸ਼ਵ ਦੇ ਧਰਮ ਵਜੋਂ ਸਥਾਪਿਤ ਹੋਵੇ। ਸੋ ਇਸ ਮੰਤਵ ਨੂੰ ਲੈ ਕੇ ਇਹ ਜਿਹੜਾ ਅਦਾਰਾ ਪਹਿਰੇਦਾਰ ਆ, ਉਹਦੀ ਹੋਂਦ ਹੈ, ਉਹਦੀ ਸਥਾਪਨਾ ਕੀਤੀ ਗਈ ਸੀ, ਤਾਂ ਕਿ ਪਹਿਲਾਂ ਤਾਂ ਅਸੀਂ ਆਪਣੀ ਕੌਮ ਨੂੰ, ਕਿਉਂਕਿ ਸਾਡੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੋਈ ਆ ਕਿ ਅਸੀਂ ਆਪਣਾ ਪੁਰਾਤਨ ਵਿਰਸਾ ਹੈ ਜਿਹੜਾ ਉਹ ਭੁੱਲਦੇ ਜਾ ਰਹੇ ਹਾਂ। ਅੱਜ ਕਿਉਂਕਿ ਸਮੁੱਚਾ ਵਿਸ਼ਵ ਆ, ਉਹਦੇ ਬਾਰੇ ਅਸੀਂ ਵਾਰ ਵਾਰ ਗੱਲ ਕਰਦੇ ਹਾਂ ਕਿ ਇੱਕ ਗਲੋਬਲ ਪਿੰਡ 'ਚ ਬਦਲ ਗਿਆ। ਦੂਜੇ ਪਾਸੇ ਜਿਹੜੇ ਮੁਕਾਬਲੇਬਾਜ਼ੀ ਦਾ ਯੁੱਗ ਅੱਜ 21ਵੀਂ ਸਦੀ ਦਾ ਡੇਢ ਦਹਾਕਾ ਲੰਘ ਗਿਆ, ਮੁਕਾਬਲੇਬਾਜ਼ੀ ਉਹ ਦਿਨੋਂ ਦਿਨ ਸਖਤ ਹੁੰਦੀ ਜਾ ਰਹੀ ਹੈ। ਮੁਕਾਬਲਾ ਹੁਣ ਇਹ ਨਹੀਂ ਰਹਿ ਗਿਆ ਕਿ ਅੱਜ ਦਾ ਨੌਜਵਾਨ ਆ ਜਿਹੜਾ ਉਹਦਾ ਮੁਕਾਬਲਾ ਆਪਣੇ ਇਲਾਕੇ ਦੇ, ਆਪਣੇ ਸੂਬੇ ਦੇ, ਆਪਣੇ ਦੇਸ਼ ਦੇ, ਉਹਦਾ ਮੁਕਾਬਲਾ ਵੀ ਵਿਸ਼ਵ ਵਿਆਪੀ ਹੋ ਗਿਆ ਕਿ ਜੇ ਉਹਨੇ ਆਪਣੀ ਮਤਲਬ ਮਹਾਰਤ ਆ ਜਿਹੜੀ ਉਹਦੇ ਕੋਲ ਐਕਸਪਰਟ ਆ ਜਿਹੜੀ ਜਿਸ ਗੱਲ ਦਾ ਵੀ, ਜੇ ਉਹਨੇ ਉਹਦਾ ਮੁੱਲ ਪਵਾਉਣਾ ਤਾਂ ਉਹਨੂੰ ਵਿਸ਼ਵ ਦੀ ਮੰਡੀ ਵਿੱਚ ਜਾਣਾ ਪੈਂਦਾ। ਸੋ ਮੁਕਾਬਲੇਬਾਜ਼ੀ ਦੇ ਯੁੱਗ ਵਿੱਚ ਇਹ ਜ਼ਰੂਰੀ ਆ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਪੂਰੀ ਤਰ੍ਹਾਂ ਹਰ ਖੇਤਰ ਦੇ ਵਿੱਚ ਤਿਆਰ ਹੋਵੇ, ਮਾਹਰ ਹੋਵੇ। ਅਤੇ ਦੂਸਰੀ ਗੱਲ ਜਿਹੜੀ ਅਸੀਂ ਚਾਹੁੰਦੇ ਹਾਂ ਕਿ ਉਹ ਪੀੜ੍ਹੀ ਜਿਹੜੀ ਮੁਕਾਬਲੇਬਾਜ਼ੀ ਦੇ ਯੁੱਗ 'ਚ ਉੱਤਰਦੀ ਆ, ਉਹ ਆਪਣੇ ਵਿਰਸੇ ਨਾਲ ਵੀ ਉਸੇ ਰੂਪ ਵਿੱਚ ਜੁੜੀ ਹੋਵੇ। ਕਿਉਂਕਿ ਜਦੋਂ ਗੱਲ ਕੀਤੀ ਜਾਂਦੀ ਆ ਕਿ ਊੜਾ ਅਤੇ ਜੂੜਾ ਜਿਹੜਾ ਉਹ ਅੱਜ ਪੰਜਾਬ ਦੀ ਧਰਤੀ ਤੋਂ ਖਤਮ ਹੋ ਰਿਹਾ, ਸੋ ਉਸ ਊੜੇ ਅਤੇ ਜੂੜੇ ਦੀ ਰਾਖੀ ਲਈ ਸਾਡੇ ਕੋਲ ਇੱਕੋ ਇੱਕ ਸਾਧਨ ਆ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ, ਆਪਣੀ ਨਵੀਂ ਪਨੀਰੀ ਨੂੰ ਸਿੱਖੀ ਵਿਰਸੇ ਨਾਲ, ਸਿੱਖ ਇਤਿਹਾਸ ਨਾਲ ਜੋੜੀ ਰੱਖੀਏ। ਸੋ ਇਸ ਮੰਤਵ ਨੂੰ ਲੈ ਕੇ ਅਦਾਰਾ ਪਹਿਰੇਦਾਰ ਹੈ ਜਿਹੜਾ ਉਹ ਹੋਂਦ ਵਿੱਚ ਆਇਆ, ਸਥਾਪਿਤ ਕੀਤਾ, ਅਤੇ ਹੁਣ ਤੱਕ ਅਸੀਂ ਜਿੰਨੀ ਵੀ ਕੋਸ਼ਿਸ਼ ਕਰ ਸਕੇ ਹਾਂ ਇਸ ਪਾਸੇ ਤੁਰੇ ਹਾਂ, ਦ੍ਰਿੜਤਾ ਨਾਲ ਤੁਰੇ ਹਾਂ, ਸਾਬਤ ਕਦਮੀ ਤੁਰੇ ਹਾਂ, ਕੌਮ ਨੇ ਸਹਿਯੋਗ ਵੀ ਦਿੱਤਾ, ਅਤੇ ਅੱਜ ਅਦਾਰਾ ਪਹਿਰੇਦਾਰ ਨੂੰ ਜੇ ਪੰਥਕ ਆਵਾਜ਼ ਵਜੋਂ ਪ੍ਰਵਾਨ ਕੀਤਾ ਸਮੁੱਚੇ ਪੰਥ ਨੇ,
ਸੋ ਇਹ ਸਾਡੇ ਲਈ ਬਹੁਤ ਵੱਡੇ ਮਾਣ ਦੀ ਗੱਲ ਹੈ ਅਤੇ ਸਾਡਾ ਇਹ ਫਰਜ਼ ਬਣਦਾ ਸੀ ਕਿ ਅਸੀਂ ਕਿਉਂਕਿ ਨਵੇਂ ਯੁੱਗ ਦੇ ਹਾਣੀ ਬਣ ਕੇ ਚੱਲਣਾ। ਹੁਣ ਹਾਲਾਤ ਇਹ ਬਣ ਗਏ ਨੇ ਕਿ ਜਦੋਂ ਤੱਕ ਅਸੀਂ ਨਵੇਂ ਯੁੱਗ ਦੇ ਹਾਣੀ ਬਣ ਕੇ ਨਹੀਂ ਚੱਲਦੇ ਉਦੋਂ ਤੱਕ ਜਿਹੜੀ ਕੌਮ ਆ ਉਹ ਦੂਜੀਆਂ ਕੌਮਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਸੋ ਇਸ ਕਾਰਨ ਅੱਜ ਅਸੀਂ ਇਹ ਜਿਹੜਾ ਅੰਗਰੇਜ਼ੀ ਅਖਬਾਰ ਆ ਇਹ ਸ਼ੁਰੂ ਕੀਤਾ ਤਾਂ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਜਿਹੜੀ ਉਹ ਪੀੜ੍ਹੀ ਜਿਹੜੀ ਕੌਨਵੈਂਟ ਸਕੂਲਾਂ 'ਚ ਪੜ੍ਹਦੀ ਆ ਉਹ ਪੀੜ੍ਹੀ ਜਿਹੜੀ ਇਹਨਾਂ ਹਿੰਦੂਆਂ ਦੇ ਐਸ ਏ ਡੀ ਸਕੂਲ ਨੇ ਜਿਹੜੇ ਉਹਨਾਂ 'ਚ ਪੜ੍ਹਦੀ ਆ ਜਿਹੜੇ ਡੀ ਏ ਵੀ ਸਕੂਲ ਨੇ ਉਹਨਾਂ 'ਚ ਪੜ੍ਹਦੀ ਆ ਜਾਂ ਸਾਡੀ ਉਹ ਪਨੀਰੀ ਆ ਜਿਹੜੀ ਨਵੀਂ ਜਿਹੜੀ ਵਿਦੇਸ਼ਾਂ ਦੀ ਧਰਤੀ 'ਤੇ ਜਨਮੀ ਆ। ਸੋ ਉਹ ਪਨੀਰੀ ਨੂੰ ਅਤੇ ਇਹ ਜਿਹੜੀ ਇਹ ਸਾਡੀ ਪਨੀਰੀ ਆ ਜਿਹੜੀ ਜਿਹੜੀ ਗੈਰ ਸਿੱਖ ਸਕੂਲਾਂ 'ਚ ਖਾਸ ਕਰਕੇ ਸਿੱਖ ਦੁਸ਼ਮਣ ਜਮਾਤਾਂ ਦੇ ਸਕੂਲਾਂ 'ਚ ਪੜ੍ਹਦੀ ਆ ਉਹ ਪੰਜਾਬੀ ਤੋਂ ਵੀ ਕੋਹਾਂ ਦੂਰ ਤੋਰ ਦਿੱਤੀ ਆ ਉਹਨਾਂ ਨੇ ਅਤੇ ਸਿੱਖ ਵਿਰਸੇ ਤੋਂ ਤਾਂ ਉਹਨਾਂ ਨੇ ਮਤਲਬ ਨਾਲ ਜੋੜਨ ਦਾ ਕੋਈ ਮਤਲਬ ਹੀ ਨਹੀਂ ਹੈ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਪਨੀਰੀ ਨੂੰ ਜਿਹੜੀ ਪੰਜਾਬੀ ਤੋਂ ਦੂਰ ਹੋ ਗਈ ਆ ਸਿੱਖ ਇਤਿਹਾਸ ਤੋਂ ਦੂਰ ਹੋ ਗਈ ਆ ਸਿੱਖ ਵਿਰਸੇ ਤੋਂ ਦੂਰ ਹੋ ਗਈ ਆ ਸਿੱਖੀ ਤੋਂ ਦੂਰ ਹੋ ਗਈ ਆ ਉਹਨੂੰ ਦੁਬਾਰਾ ਆਪਣੇ ਵਿਰਸੇ ਨਾਲ ਆਪਣੇ ਇਤਿਹਾਸ ਨਾਲ ਆਪਣੇ ਧਰਮ ਨਾਲ ਆਪਣੀ ਕੌਮ ਨਾਲ ਜੋੜਨ ਦੇ ਲਈ ਉਹਨੂੰ ਜਿਹੜਾ ਸਾਡਾ ਰੋਜ਼ਾਨਾ ਦਾ ਇਤਿਹਾਸ ਹੈ ਜਾਂ ਜੋ ਸਾਡੇ ਸਿੱਖ ਸਿਧਾਂਤ ਨੇ ਜਾਂ ਜਿਹੜਾ ਸਾਡੇ ਕੋਲ ਸ਼ਾਨਾ ਮੱਤਾ ਵਿਰਸਾ ਹੈ ਉਹਦੀ ਜਾਣਕਾਰੀ ਘੱਟੋ ਘੱਟ ਜ਼ਰੂਰ ਦਿੱਤੀ ਜਾਵੇ। ਇਹ ਬਿਲਕੁਲ ਠੀਕ ਹੈ ਕਿ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਜਾਂ ਜਿਹੜੀ ਸਾਡੀਆਂ ਪਰੰਪਰਾਵਾਂ ਨੇ ਗੁਰਮਤਿ ਸਿਧਾਂਤ ਆ ਉਹਨਾਂ ਨੂੰ ਅਸੀਂ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਕੇ ਜਿਹੜੀ ਪੀੜ੍ਹੀ ਸਾਡੀ ਸਾਡੇ ਤੋਂ ਕੋਹਾਂ ਦੂਰ ਬੈਠੀ ਆ ਸੈਂਕੜੇ ਮੀਲ ਦੂਰ ਬੈਠੀ ਆ ਉਹਨਾਂ ਨਾਲ ਅਸੀਂ ਉਹਨੂੰ ਰਾਤ ਰੂਬਰੂ ਕਰਾਵਾਂਗੇ। ਪਰ ਅਸੀਂ ਤਾਂ ਕਹਿੰਦੇ ਕਿ ਸਾਡੀ ਮਾਂ ਬੋਲੀ ਦੀ ਸਾਨੂੰ ਅਸੀਂ ਸਮਰਪਿਤ ਆ ਮਾਂ ਬੋਲੀ ਨੂੰ ਅਤੇ ਅਸੀਂ ਊੜੇ ਦੀ ਕਿੱਦਾਂ ਰੱਖਿਆ ਕਰਾਂਗੇ ਇਸ ਰਾਹੀਂ ਕਿਉਂਕਿ ਅਸੀਂ ਅਖਬਾਰ ਤਾਂ ਅੰਗਰੇਜ਼ੀ ਦਾ ਛਾਪਣ ਜਾ ਰਹੇ ਹਾਂ ਬਿਲਕੁਲ ਅਤੇ ਉਹ ਜਿਹੜੀ ਪੀੜ੍ਹੀ ਸਾਡੇ ਤੋਂ ਵਿਦੇਸ਼ਾਂ 'ਚ ਬੈਠੀ ਆ ਜਾਂ ਜਿਹੜੀ ਸਾਡੀਆਂ ਸਿੱਖ ਦੁਸ਼ਮਣ ਜਿਹੜੀਆਂ ਜਮਾਤਾਂ ਨੇ ਉਹਨਾਂ ਦੇ ਸਕੂਲਾਂ 'ਚ ਪੜ੍ਹਦੀ ਆ ਜਿੱਥੇ ਪੰਜਾਬੀ ਬੋਲਣ ਪੰਜਾਬੀ ਨਹੀਂ ਕੇਵਲ ਹਿੰਦੀ ਬੋਲਣ 'ਤੇ ਪਾਬੰਦੀ ਆ ਅਸੀਂ ਉਹਨਾਂ ਦੀ ਪੰਜਾਬੀ ਨਾਲ ਮਾਂ ਬੋਲੀ ਨਾਲ ਸਾਂਝ ਕਿਵੇਂ ਪਵਾਵਾਂਗੇ। ਪਰਮਜੀਤ ਸਿੰਘ ਜੀ ਸਵਾਲ ਤੁਹਾਡਾ ਬਹੁਤ ਅਹਿਮ ਵੀ ਆ ਅਤੇ ਥੋੜ੍ਹਾ ਟੇਢਾ ਵੀ ਆ ਕਿ ਊੜੇ ਦੀ ਰਾਖੀ ਸਾਡਾ ਮਨੋਰਥ ਆ ਊੜੇ ਅਤੇ ਜੂੜੇ ਦੀ ਰਾਖੀ ਸਾਡਾ ਨਾਰਾ ਵਾ। ਅਸੀਂ ਇਸ ਗੱਲ ਦੇ ਬਾਰੇ ਸਾਡਾ ਕੋਈ ਸਮਝੌਤਾ ਨਹੀਂ ਊੜੇ ਅਤੇ ਜੂੜੇ ਦੀ ਰਾਖੀ ਸਾਡਾ ਨਾਰਾ ਸਾਡਾ ਮਿਸ਼ਨ ਆ ਸਾਡਾ ਮੰਤਵ ਆ ਅਤੇ ਅਸੀਂ ਇਸ ਪਾਸੇ ਹੀ ਤੁਰਨ ਦੇ ਲਈ ਇਹ ਜਿਹੜਾ ਅੰਗਰੇਜ਼ੀ ਦਾ ਅਖਬਾਰ ਸ਼ੁਰੂ ਕੀਤਾ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਅੱਜ ਜਿਹੜਾ ਸਾਡਾ ਬੱਚਾ ਉਹ ਪੰਜਾਬੀ ਜਾਣਦਾ ਨਹੀਂ ਅਤੇ ਜੇ ਉਹ ਪੰਜਾਬੀ ਜਾਣਦਾ ਨਹੀਂ ਜਿੰਨੀ ਦੇਰ ਤੱਕ ਅਸੀਂ ਉਹਨੂੰ ਜਾਗ ਨਹੀਂ ਲਾਉਂਦੇ ਕਿ ਉਹ ਆਪਣੇ ਇਤਿਹਾਸ ਬਾਰੇ ਗੁਰਬਾਣੀ ਬਾਰੇ ਸਿੱਖੀ ਸਿਧਾਂਤਾਂ ਬਾਰੇ ਜਾਣਕਾਰੀ ਲਵੇ। ਸੋ ਜਿਹੜਾ ਸਾਡਾ ਅੰਗਰੇਜ਼ੀ ਅਖਬਾਰ ਦਾ ਸਰੂਪ ਹੋਊਗਾ ਜਿਹੜੀ ਉਹਦੀ ਭਾਸ਼ਾ ਹੋਊਗੀ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਇੱਕ ਵਿਲੱਖਣਤਾ ਹੋਊਗੀ ਦੂਜੇ ਅਖਬਾਰਾਂ ਦੇ ਨਾਲੋਂ। ਅੱਜ ਤੁਸੀਂ ਸ਼ਾਇਦ ਉਹ ਸੰਪਾਦਕੀ ਦੀ ਜਿਹੜੀ ਪਹਿਲੀ ਸੰਪਾਦਕੀ ਅੱਜ ਜੀ ਅੰਗਰੇਜ਼ੀ ਅਖਬਾਰ ਦੀ ਆ ਉਹਦੇ ਵਿੱਚ ਵੀ ਤੁਸੀਂ ਨੋਟ ਕੀਤਾ ਹੋਊਗਾ ਕਿ ਜਿਹੜੇ ਸਾਡੇ ਮਤਲਬ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਸ਼ਬਦ ਨੇ ਜਿਸ ਤਰ੍ਹਾਂ ਅਸੀਂ ਊੜਾ ਜੂੜਾ ਕੌਮ ਚੜ੍ਹਦੀ ਕਲਾ ਇਹ ਜੇ ਸਾਰੇ ਸ਼ਬਦ ਨੇ ਜਿਹੜੇ ਅਸੀਂ ਰੋਮਨ ਬੋਲੀ 'ਚੋਂ ਲਿਪੀ 'ਚੋਂ ਉਹਨਾਂ ਦੀ ਵਰਤੋਂ ਕਰਦੇ ਹਾਂ। ਬਿਲਕੁਲ ਠੀਕ ਹੈ, ਮੈਂ ਤੁਹਾਡੀ ਗੱਲ 'ਚ ਟੋਕ ਰਿਹਾ ਵਾਂ। ਤੁਸੀਂ ਹੁਣ ਜਿਵੇਂ ਕਿਹਾ ਵੀ ਊੜਾ ਊੜਾ ਅਸੀਂ ਪੰਜਾਬੀ 'ਚ ਉਹਨੂੰ ਰਾੜੇ ਨਾਲ ਬੋਲਦੇ ਹਾਂ ਅਤੇ ਜੇ ਤੁਸੀਂ ਉਹਨੂੰ ਅੰਗਰੇਜ਼ੀ 'ਚ ਦਿਖੋਗੇ ਤਾਂ ਫਿਰ ਮੈਂ ਇੱਕ ਬਹੁਤ ਵੱਡੇ ਹੁਣ ਇੱਥੇ ਨਾਮ ਨਹੀਂ ਲੈਣਾ ਜਾਇਜ਼ ਸਮਝਦਾ ਅਤੇ ਜਦੋਂ ਉਹਨਾਂ ਨੇ ਇੱਕ ਵਾਰੀ ਇਲੈਕਸ਼ਨ ਵੀ ਲੜੀ ਸੀ ਅਤੇ ਬਹੁਤ ਬੜੇ ਵਿਦਵਾਨ ਨੇ ਬੜੇ ਹਾਈਲੀ ਐਜੂਕੇਟਡ ਨੇ ਉਹਨਾਂ ਨੇ ਜਦੋਂ ਪਿੰਡਾਂ ਦੇ ਨਾਂ ਪੜ੍ਹਨੇ ਸ਼ੁਰੂ ਕੀਤੇ ਜਿਵੇਂ ਆਪਾਂ ਸਿਆੜ ਪਿੰਡ ਆ ਕਹਿੰਦੇ ਸਿਆਰ ਅਤੇ ਕਲਾਰ ਅਤੇ ਇਵੇਂ ਜਿਵੇਂ ਜੇ ਹੁਣ ਅੰਗਰੇਜ਼ੀ ਵਾਲਾ ਨੂੰ ਊੜੇ ਨੂੰ ਪੜੂਗਾ ਤਾਂ ਊੜੇ ਪੜੂਗਾ ਅਤੇ ਆਪਾਂ ਉਹਨਾਂ ਨੇ ਕਿੱਦਾਂ ਇਸ ਗੱਲ ਨੂੰ ਕਿੱਦਾਂ ਜਸਟੀ। ਦੇਖੋ ਇਹ ਜਿਹੜੀ ਗੱਲ ਹੈ ਦੇਖੋ ਇਹ ਭਾਸ਼ਾ ਵਿਗਿਆਨ ਦੀ ਗੱਲ ਹੈ ਉਹ ਗੱਲਾਂ ਨੇ ਜਿਹੜੀਆਂ ਮੈਂ ਸਮਝਦਾ ਕਿ ਹਾਲੇ ਸਾਡੇ ਲਈ ਕਾਫੀ ਅਗਲੇ ਅਗੜਾ ਪੜਾਵ ਆ ਉੱਪਰਲੇ ਟੰਬਿਆਂ ਵਾਲੀਆਂ ਗੱਲਾਂ ਨੇ। ਅੱਜ ਜਿਹੜੀ ਅਸੀਂ ਤਾਂ ਸਿਰਫ ਅਤੇ ਸਿਰਫ ਜਾਗ ਲਾਉਣੀ ਆ ਸਾਨੂੰ ਮਤਲਬ ਇਹ ਨਵੇਂ ਸਮੇਂ ਦੇ ਹਾਣੀ ਬਣਨ ਲਈ ਇੱਕ ਪੁੱਠਾ ਗੇੜਾ ਦੇਣਾ ਪੈ ਰਿਹਾ। ਅੱਗੇ ਅਸੀਂ ਸਭ ਤੋਂ ਪਹਿਲਾਂ ਆਪਣੀ ਪੰਜਾਬੀ ਮਾਂ ਬੋਲੀ ਊੜਾ ਆੜਾ ਪੜ੍ਹਦੇ ਸੀ ਉਹਦੀਆਂ ਜਿਹੜੀਆਂ ਲਗਾ ਮਾਤਰਾ ਉਹ ਪੰਜਾਬੀ ਵਿਆਕਰਨ ਪੜ੍ਹਦੇ ਸੀ ਅਤੇ ਬੱਚੇ ਨੂੰ ਮਹਾਰਨੀ ਆ ਜਿਹੜੀ ਉਹ ਸਿਖਾਈ ਜਾਂਦੀ ਸੀਗੀ ਪੈਂਤੀ ਸਿਖਾਈ ਜਾਂਦੀ ਸੀ। ਸੋ ਅੱਜ ਅਸੀਂ ਉਲਟਾ ਉਹਨਾਂ ਨੂੰ ਅੰਗਰੇਜ਼ੀ ਰਾਹੀਂ ਊੜਾ ਆੜਾ ਸਿਖਾਉਣਾ ਜਾਣੀ ਤੁਸੀਂ ਅੰਗਰੇਜ਼ੀ ਦੀ ਖਾਦ ਪਾ ਕੇ ਪੰਜਾਬੀ ਨੂੰ ਪ੍ਰਫੁੱਲਿਤ। ਬਿਲਕੁਲ ਬਿਲਕੁਲ ਸਾਡਾ ਇਹ ਹੈ ਕਿ ਅਸੀਂ ਉਹ ਬੱਚੇ ਨੇ ਜਿਹੜੇ ਜਿਨ੍ਹਾਂ ਦੇ ਮਨ ਦੇ ਵਿੱਚ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਜਿਹੜੀਆਂ ਸਿੱਖ ਦੁਸ਼ਮਣ ਤਾਕਤਾਂ ਨੇ ਜਿਹੜੀਆਂ ਮੈਂ ਪਹਿਲਾਂ ਤੁਹਾਨੂੰ ਗੱਲ ਜ਼ਿਕਰ ਕੀਤਾ ਨਾ ਕਿ ਅੱਜ ਜੇ ਤੁਸੀਂ ਪੰਜਾਬ ਦੇ ਕਿਸੇ ਸ਼ਹਿਰ ਕਿਸੇ ਕਸਬੇ ਹਾਂ ਹੁਣ ਤਾਂ ਪਿੰਡਾਂ ਤੱਕ ਵੀ ਜੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਉਹ ਸਕੂਲ ਨਜ਼ਰ ਆਉਣਗੇ ਜਿਹੜੇ ਸਿੱਖ ਵਿਰੋਧੀ ਤਾਕਤਾਂ ਦੇ ਸਕੂਲ ਨੇ ਜਿਹੜੀਆਂ ਤਾਕਤਾਂ ਉਹਨਾਂ ਸਕੂਲਾਂ ਨੂੰ ਚਲਾਉਂਦੀਆਂ ਨੇ। ਸੋ ਜਿਹੜਾ ਬੱਚਾ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਦਾ ਹੈ
ਉਹਦੇ ਦਿਮਾਗ ਦੇ ਵਿੱਚ ਇੱਕ ਗੱਲ ਇਹਨਾਂ ਵੱਲੋਂ ਮਤਲਬ ਬਿਠਾ ਦਿੱਤੀ ਗਈ ਆ ਪੱਕੇ ਰੂਪ ਵਿੱਚ ਕਿ ਪੰਜਾਬੀ ਆ ਇਹ ਅਨਪੜ੍ਹਾਂ ਦੀ ਮੂਰਖਾਂ ਦੀ ਜਾਹਲਾਂ ਦੀ ਭਾਸ਼ਾ ਵਾ। ਘਰ ਦੇ ਵਿੱਚ ਬੱਚਾ ਵਾ ਜਿਹੜਾ ਉਹ ਪੰਜਾਬੀ ਬੋਲਣ ਤੋਂ ਗੁਰੇਜ਼ ਕਰਦਾ, ਉਹਦੇ ਮਾਂ ਬਾਪ ਨੇ ਜਿਹੜੇ ਉਹ ਪੰਜਾਬੀ ਉਹਦੇ ਨਾਲ ਬੋਲਣ ਤੋਂ ਗੁਰੇਜ਼ ਕਰਦੇ ਨੇ ਕਿ ਉਹਨਾਂ ਨੂੰ ਮਤਲਬ ਇਹ ਜਿਹੜੀ ਗੱਲ ਮੈਂ ਕਿਹਾ ਉਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਬਿਠਾ ਦਿੱਤੀ ਗਈ ਆ ਪੰਜਾਬੀ ਆ ਜਿਹੜੀ ਇਹ ਅਨਪੜ੍ਹਾਂ ਦੀ ਭਾਸ਼ਾ। ਸੋ ਸਭ ਤੋਂ ਪਹਿਲਾਂ ਅੱਜ ਸਾਡੇ ਲਈ ਇਹ ਜ਼ਰੂਰੀ ਹੋ ਗਿਆ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਜੇ ਉਹਦੇ ਮਨ ਦੇ ਵਿੱਚ ਇਹ ਗੰਢ ਬਣ ਗਈ ਆ, ਹਾਲਾਂਕਿ ਉਹ ਫਰਜ਼ ਬਣਦਾ ਸੀ ਕਿ ਉਹਨਾਂ ਦੇ ਮਾਂ ਬਾਪ ਇਹ ਗੰਢ ਨਾ ਵੰਡ ਦਿੰਦੇ, ਪਰੰਤੂ ਅੱਜ ਜਿਸ ਤਰ੍ਹਾਂ ਸਵਾਰਥ ਅਤੇ ਪਦਾਰਥ ਦਾ ਦੌਰ ਚੱਲ ਰਿਹਾ ਵਾ, ਮਾਂ ਬਾਪ ਵੀ ਨੇ ਜਿਹੜੇ ਉਹ ਸਿਰਫ ਅਤੇ ਸਿਰਫ ਇਹ ਲਈ ਕਿ ਸਾਡਾ ਬੱਚਾ ਉਹ ਆਈ ਐੱਸ ਬਣ ਜੇ, ਸਾਡਾ ਬੱਚਾ ਵੱਡਾ ਅਫਸਰ ਬਣ ਜੇ, ਉਹ ਮਾਂ ਬੋਲੀ ਦਾ ਕੁਰਬਾਨੀ ਜਾਂ ਮਾਂ ਬੋਲੀ ਦੀ ਬਲੀ ਦੇਣ ਲਈ ਖੁਸ਼ੀ ਖੁਸ਼ੀ ਤਿਆਰ ਨੇ। ਨਿੱਕਾ ਜਿਹਾ ਬੱਚਾ ਘਰ 'ਚ ਆਉਂਦਾ ਉਹਦੇ ਨਾਲ ਸਾਰੇ ਹਿੰਦੀ ਬੋਲਣਗੇ ਜਾਂ ਉਹਦੇ ਨਾਲ ਅੰਗਰੇਜ਼ੀ ਬੋਲਣਗੇ, ਕੋਈ ਉਹਨੂੰ ਮਤਲਬ ਪੰਜਾਬੀ ਦੇ ਵਿੱਚ ਉਹਦੇ ਨਾਲ ਗੱਲ, ਕਿਉਂਕਿ ਉਹ ਚਾਹੁੰਦੇ ਨੇ ਕਿ ਇਹਦੀ ਜਿਹੜੀ ਸਕੂਲ ਦੇ ਵਿਦਾਰੀ ਲੈ ਆ ਜਿਹੜਾ ਉਹਦੇ 'ਤੇ ਉਹਨਾਂ ਨੇ ਸਕੂਲ ਵਾਲਿਆਂ ਨੇ ਇੱਕ ਪ੍ਰਭਾਵ ਪਾਤਾ ਕਿ ਉਹਨੇ ਜਾਂ ਅੰਗਰੇਜ਼ੀ ਬੋਲਣੀ ਆ ਜਾਂ ਉਹਨੇ ਹਿੰਦੀ ਬੋਲਣੀ ਆ, ਪੰਜਾਬੀ ਵੀ ਉਹਨੇ ਬੋਲਣੀ ਨਹੀਂ। ਇਹ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ ਕਿ ਬਹੁਤ ਵੱਡੇ ਵੱਡੇ ਸਿੱਖ ਪਰਿਵਾਰ ਜਿਹੜੇ ਮਾਂ ਬੋਲੀ ਦੀਆਂ ਟਾਹਰਾਂ ਮਾਰਨ ਵਾਲੇ, ਮਾਂ ਬੋਲੀ ਦੀ ਸੇਵਾ ਦਾ ਰੌਲਾ ਪਾਉਣ ਵਾਲੇ ਜਿਹੜੇ ਪਰਿਵਾਰ ਨੇ, ਉਹਨਾਂ ਦੇ ਘਰਾਂ ਵਿੱਚ ਵੀ ਜਿਹੜੇ ਛੋਟੇ ਬੱਚੇ ਨੇ ਜਦੋਂ ਸਕੂਲ ਆਉਂਦਾ ਬੇਟਾ ਐਪਲ ਖਾਓਗੇ, ਵਾਟਰ ਲਓਗੇ, ਟਮਾਟਰ ਲਓਗੇ, ਐਸੀਆਂ ਗੱਲਾਂ ਕਰਦੇ ਨੇ। ਅੱਜ ਮੈਂ ਉੱਥੇ ਜਦੋਂ ਰੋਜ਼ਾਨਾ ਪਹਿਰੇਦਾਰ ਜਿਹੜਾ ਅੰਗਰੇਜ਼ੀ ਬੁਲੇਟਿਨ ਆਪਾਂ ਅੱਜ ਲਾਂਚ ਕੀਤਾ, ਉੱਥੇ ਨਾ ਗੁਰਦੁਆਰਾ ਸਾਹਿਬ ਦੇਖਿਆ ਕਿ ਅੱਗੇ ਤਾਂ ਹਿੰਦੂ ਜੈਂਟਲਮੈਨ ਵਾਸਤੇ ਰੁਮਾਲ ਰੱਖੇ ਹੁੰਦੇ ਸੀ, ਪਰ ਅੱਜ ਉੱਥੇ ਚੰਗੀਆਂ ਸਿੱਖ ਬੀਬੀਆਂ ਜਿਹੜੀਆਂ ਜੀਨ ਟੀ ਸ਼ਰਟ ਪਾ ਕੇ ਆਈਆਂ ਅਤੇ ਉਹਨਾਂ ਨੇ ਉੱਥੋਂ ਚੁੰਨੀਆਂ ਲਈਆਂ, ਗੁਰਦੁਆਰਾ ਸਾਹਿਬ ਦੇ ਬਾਹਰ ਟੋਕਰੀ ਵਿੱਚ ਚੁੰਨੀਆਂ ਰੱਖੀਆਂ, ਉਹਨਾਂ ਨੇ ਚੁੰਨੀਆਂ ਉੱਥੇ ਚੱਕ ਕੇ ਸਿਰ ਦੇ ਉੱਤੇ ਲਈ। ਔਰ ਮੈਂ ਸਮਝਦਾ ਕਿ ਤੁਸੀਂ ਵਧਾਈ ਦੇ ਪਾਤਰ ਹੋ ਕਿ ਹੋ ਸਕਦਾ ਅਸੀਂ ਅੰਗਰੇਜ਼ੀ ਵਰਜਨ ਨਾਲ, ਅੰਗਰੇਜ਼ੀ ਪਹਿਰੇਦਾਰ ਨਾਲ ਉਹਨਾਂ ਨੂੰ ਸਿੱਖ ਬੀਬੀਆਂ ਨੂੰ ਜਾਂ ਜਿਹੜੇ ਪਰਿਵਾਰ ਸਾਡੇ ਸਿੱਖੀ ਸਿਧਾਂਤਾਂ ਤੋਂ ਕੋਰੇ ਨੇ ਜਾਂ ਦੂਰ ਜਾ ਚੁੱਕੇ ਨੇ, ਉਹਨਾਂ ਨੂੰ ਅਸੀਂ ਮਤਲਬ ਇਹਨਾਂ ਦੀ ਸਾਂਝ ਪਾ ਸਕੀਏ ਤਾਂ ਕਿ ਉਹ ਮੁੜ ਆਪਣੇ ਪੰਜਾਬੀ ਪਹਿਰਾਵੇ ਵੱਲ ਨੂੰ ਮੁੜਾਉਣ। ਅਤੇ ਇਹ ਇਸ ਅਖਬਾਰ ਦੇ ਸਰੂਪ ਬਾਰੇ ਕੋਈ ਜਾਣਕਾਰੀ ਦਿਓ ਦਰਸ਼ਕਾਂ ਨੂੰ। ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਸਾਡਾ ਜਿਹੜਾ ਮਕਸਦ ਆ, ਸਾਡਾ ਜਿਹੜਾ ਮੰਤਵ ਆ, ਸਾਡਾ ਜਿਹੜਾ ਮਿਸ਼ਨ ਆ, ਸਾਡਾ ਜਿਹੜਾ ਨਿਸ਼ਾਨਾ ਵਾ, ਉਹ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਕਰਨਾ। ਅਤੇ ਦੂਸਰੇ ਪਾਸੇ ਜਿਹੜੇ ਸਿੱਖ ਮੁੱਦੇ ਨੇ, ਚਾਹੇ ਉਹ ਆਰਥਿਕਤਾ ਦਾ ਮੁੱਦਾ, ਪੰਜਾਬ ਆਰਥਿਕ ਤੌਰ 'ਤੇ ਤਬਾਹੀ ਦੇ ਕੰਢੇ 'ਤੇ ਆ, ਚਾਹੇ ਸੱਭਿਆਚਾਰਕ ਦਾ ਮਸਲਾ, ਚਾਹੇ ਸਮਾਜਿਕ ਮਸਲਾ, ਚਾਹੇ ਨਸ਼ਿਆਂ ਦਾ ਮਸਲਾ, ਉਹ ਸਾਰੇ ਮੁੱਦੇ ਜਿਹੜੇ ਪੰਜਾਬ ਦੇ ਨਾਲ ਜੁੜੇ ਨੇ, ਪੰਜਾਬ ਦੀ ਜਵਾਨੀ ਨਾਲ ਜੁੜੇ ਨੇ, ਅਖੀਰ ਨੂੰ ਸਿੱਖੀ ਨਾਲ ਆ ਜੁੜਦੇ ਨੇ, ਉਹਨਾਂ ਸਾਰੇ ਮੁੱਦਿਆਂ ਨੂੰ ਜਿਹੜਾ ਇੱਥੋਂ ਦਾ ਮੀਡੀਆ ਵਿਸ਼ੇਸ਼ ਰੂਪ ਦੇ ਵਿੱਚ ਹਿੰਦੀ ਅਤੇ ਅੰਗਰੇਜ਼ੀ ਮੀਡੀਆ ਜਿਹੜਾ ਉਹ ਹਮੇਸ਼ਾ ਅਣਗੌਲਿਆ ਕਰ ਦਿੰਦਾ। ਤੁਸੀਂ ਦੇਖਿਆ ਹੋਊਗਾ ਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਸਿੱਖ ਮੁੱਦੇ 'ਤੇ ਲਹਿਰ ਖੜ੍ਹੀ ਹੋਈ ਆ, ਉਹਨੂੰ ਹਮੇਸ਼ਾ ਇਸ ਮੀਡੀਆ ਵੱਲੋਂ ਇਗਨੋਰ ਕੀਤਾ ਗਿਆ, ਅਣਗੌਲਿਆ ਕੀਤਾ ਗਿਆ। ਸੋ ਅਸੀਂ ਚਾਹੁੰਦੇ ਸੀ ਕਿ ਇਹ ਅੰਗਰੇਜ਼ੀ ਅਖਬਾਰ, ਕਿਉਂਕਿ ਗੱਲ ਕੀਤੀ ਜਾਂਦੀ ਹੈ ਕਿ ਅੰਗਰੇਜ਼ੀ ਜਿਹੜੇ ਅਖਬਾਰ ਨੇ ਉਹਨਾਂ ਦੇ ਵਿੱਚ ਇਸ ਗੱਲ ਦੀ ਚਰਚਾ ਨਹੀਂ ਹੁੰਦੀ, ਸੋ ਇਸ ਤਰ੍ਹਾਂ ਦੀ ਚਰਚਾ ਜਿਹੜੀ ਉਹ ਹਰ ਤਰ੍ਹਾਂ ਦੇ ਮੀਡੀਆ ਵਿੱਚ ਹੋਣ ਦੀ ਗੱਲ ਹੈ, ਜਿਹੜੀ ਉਹ ਆਮ ਲੋਕਾਂ ਤੱਕ ਜਾਵੇ, ਦੁਨੀਆ ਤੱਕ ਜਾਵੇ। ਸੋ ਇਸ ਕਰਕੇ ਅਸੀਂ ਇਹਦੇ ਨਾਲ ਨਾਲ ਪੰਜਾਬੀ ਦੇ ਨਾਲ ਨਾਲ ਇਹ ਅੰਗਰੇਜ਼ੀ ਅਖਬਾਰ ਵੀ ਸ਼ੁਰੂ ਕੀਤਾ, ਤਾਂ ਕਿ ਅੰਗਰੇਜ਼ੀ ਅਖਬਾਰ ਵੱਲੋਂ ਜਿਹੜੀ ਗੱਲ ਕੀਤੀ ਜਾਣੀ ਆ ਉਹਦਾ ਵਿਸ਼ਵ ਪੱਧਰ 'ਤੇ ਜਿਹੜਾ ਪ੍ਰਭਾਵ ਪੈਣਾ ਵਾ, ਜੇ ਅਸੀਂ ਸਾਡੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਆ ਜਾਂ ਸਿੱਖ ਮੁੱਦਿਆਂ ਦੀ ਗੱਲ ਹੁੰਦੀ ਆ, ਉਹ ਸਾਡੇ ਇੱਥੇ ਮਤਲਬ ਜਿਹੜੇ ਬਾਹਰਲੇ ਦੇਸ਼ਾਂ ਦੇ ਦੂਤ ਘਰ ਬੈਠੇ ਨੇ ਉਹਨਾਂ ਤੱਕ ਵੀ ਜਾਊਗੀ, ਉਹ ਆਵਾਜ਼ ਸਾਡੀ ਆ ਜਿਹੜੀ ਉਹ ਵਿਸ਼ਵ ਤੱਕ ਜਾਊਗੀ। ਸੋ ਇਸ ਗੱਲ ਨੂੰ ਲੈ ਕੇ ਕਿ ਅੱਜ ਲੋੜ ਹੈ ਕਿ ਅਸੀਂ ਜੇ ਵਿਸ਼ਵ ਪੱਧਰੀ ਮੁਕਾਬਲਿਆਂ ਦੇ ਵਿੱਚ ਖੜ੍ਹਾ ਹੋਣਾ ਜਾਂ ਅਸੀਂ ਦੁਨੀਆ ਨੂੰ ਆਪਣੀ ਗੱਲ ਸੁਣਾਉਣੀ ਆ, ਅਤੇ ਕਿਉਂਕਿ ਇਹ ਦੁਨੀਆ ਦੀ ਲਿਖਤ ਭਾਸ਼ਾ ਕਹੀ ਜਾਂਦੀ ਆ ਅੰਗਰੇਜ਼ੀ, ਸੋ ਕਿਤੇ ਨਾ ਕਿਤੇ ਸਾਨੂੰ ਇਹਦੀ ਵਰਤੋਂ ਆ ਜਿਹੜੀ ਉਹ ਜ਼ਰੂਰ ਕਰਨੀ ਪੈਣੀ ਆ। ਬਿਲਕੁਲ ਜੀ, ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਵੀ ਜਿਹੜਾ ਅੰਗਰੇਜ਼ੀ ਦਾ ਮਾਧਿਅਮ, ਅੰਗਰੇਜ਼ੀ ਮੀਡੀਆ ਜਿਹੜਾ, ਉਹ ਸਿੱਖ ਸੋਚ ਨੂੰ ਸਹੀ ਸ਼ਬਦਾਂ ਵਿੱਚ ਜਾਂ ਉਹਦੀ ਸਹੀ ਤਸਵੀਰ ਜਿਹੜੀ ਆ ਉਹ ਦੁਨੀਆ ਸਾਹਮਣੇ ਪੇਸ਼ ਨਹੀਂ ਕਰਦਾ। ਬਿਲਕੁਲ ਹੈ, ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਵੀ ਜਿਹੜਾ ਇਹ ਮੀਡੀਆ ਇਹਦਾ ਭਗਵਾਕਰਨ ਹੋ ਚੁੱਕਿਆ ਵਾ ਇਹਦਾ। ਦੇਖੋ ਇਹ ਗੱਲ ਮੈਂ ਸਮਝਦਾ ਕਿ ਅੱਜ ਕਿਸੇ ਲੋਕਸ਼ਿਪ ਹੀ ਨਹੀਂ ਰਿਹਾ, ਬਿਲਕੁਲ ਪੂਰੀ ਤਰ੍ਹਾਂ ਇਹ ਗੱਲ ਨੰਗੀ ਚਿੱਟੀ ਹੋ ਚੁੱਕੀ ਆ ਕਿ ਅੱਜ ਜੇ ਹਿੰਦੁਸਤਾਨ ਦਾ ਹਿੰਦੀ ਮੀਡੀਆ, ਵਿਸ਼ੇਸ਼ ਰੂਪ ਦੇ ਵਿੱਚ ਹਿੰਦੀ ਮੀਡੀਆ ਦੀ ਜੇ ਅਸੀਂ ਗੱਲ ਕਰੀਏ, ਜਾਂ ਤਕਰੀਬਨ 70% ਅੰਗਰੇਜ਼ੀ ਮੀਡੀਆ ਜਿਹੜਾ ਉਹ ਪੂਰੀ ਤਰ੍ਹਾਂ ਜਿਹੜਾ RSS ਦੇ ਪ੍ਰਭਾਵ ਥੱਲੇ ਆ, ਉਹ ਪੂਰੀ ਤਰ੍ਹਾਂ ਭਗਮਾ ਬ੍ਰਿਗੇਡ ਦੇ ਪ੍ਰਭਾਵ ਥੱਲੇ ਆ। ਜੇ ਤੁਸੀਂ ਇਹਨਾਂ ਦੇ ਪਿਛੋਕੜ ਵੱਲ ਜਾਓ ਕਿ ਇਹ ਮੀਡੀਆ ਘਰਾਣਿਆਂ ਦੇ ਮਾਲਕ ਕੌਣ ਨੇ, ਉਹਨਾਂ 'ਚੋਂ ਜਿਹੜੇ 90% ਨੇ ਉਹ RSS ਦੇ ਪੁਰਾਣੇ 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 ਵਰਕਰ ਨੇ, ਜਿਹੜੇ ਉਹਨਾਂ ਦੇ ਨਾਲ RSS ਨਾਲ ਜੁੜੇ ਨੇ, ਉਹ ਮੀਡੀਆ ਘਰਾਣੇ ਚਲਾ ਰਹੇ ਲੋਕ ਨੇ। ਸੋ ਦੇਸ਼ ਦਾ ਜਿਹੜਾ ਮੀਡੀਆ, ਜੇ ਅਸੀਂ
कह दिए कि 90% आ जिहड़ा वह पूरी तरह हिंदूवादी ताकतों के हाथ चा हिंदूवादी ताकतों के प्रभाव चा तो ये भी कोई अतकथनी नहीं होगी। सो जे असी अपनी गल करनी आ सिखी सिद्धांतों की गल उस संदर्भ करनी आ जिस संदर्भ के अज उ गल भी अपने जो समागम होया रिलीज समागम होया कि जिस दिन गुरु नानक साहब जी महाराज ने जनेऊ पहनण तो इनकार किया जनेऊ पहनण तो इनकार का इको एक अर्थ सी कि गुरु नानक साहब महाराज ने जिहड़ा हिंदूवाद का पखंड सी अडंबर सी उहनू तोड़न की कोशिश की उन्होंने ढाण की कोशिश की उस दे विरुद्ध ये ताकत उस दिन तो एकजुट ने कि सिख धर्म ने हिंदू धर्म की जिहड़ी पखंडवाद आ जिहड़ा अडंबरवाद आ उहदी जड़ ते जिहड़ा हमला किया उन्होंने इन्होंने अज तक हजम नहीं किया बर्दाश्त नहीं किया। सो अज जे उड़े ते जुड़े ते हमला हो रहा वा तो मैं समझदा कि यह उस ही लड़ी का हिस्सा जिहड़ा इन्हां नूं उस वेले का दुख है जिहड़ा इन्हां दे मन की चीज़ आ जिहड़ी कि सिख धर्म ने जिहड़ा हिंदू धर्म की बुनियाद आ जिहड़ी पखंडवाद ते खड़ी आ उहदे ते जिहड़ा हमला होया सी उह उस दे जवाब च अज जिहड़े कौम ते हमले हो रहे ने। सो उन्हां हमलियां दा मूंह तोड़ जवाब देण दे लई कि सच की आ बहुत सच तुसीं देखो कि साडे लई किड्डी वड्डी त्रासदी आ कि सिख कौम का एडा महान इतिहास आ पर जे तुसीं उहनूं फरोलो मुढ तो लैके अज तक जे तुसीं उहनूं फरोलो तो उहदे विच मैं समझदा कि 10% भी सिख विद्वान ने जिन्हां ने लिखिया होवे 90% विद्वान चाहे मुसलमान ने जां अंग्रेज ने जां हिंदू ने सो उन्होंने मतलब सिख इतिहास नूं भी अपने उस एंगल नाल लिखिया होया। सो ये जिहड़ियां तथ ने जिन्हों इतिहास के तरोड़िया मरोड़िया गया वा वह सच भी सामने लैके आना बेहद जरूरी आ ते ये जिहड़े साढ़े ते गुप्त हमले होंदे ने जां जारा हमले होंदे ने उन्हां दा जवाब देना भी साढ़े लिए जरूरी आ जिहड़ा दुनिया नूं भी पता लगे जिवें कि आपां देखदे हां पिछले समय च कुछ वड्डे अदारियां ने कुछ पंजाबी वालिया ने कुछ हिंदी वालिया ने भी अंग्रेजी अखबार कढ़न की कोशिश की शुरू भी किए उन्हां दे नाकामयाब होण पिछे की कारण सन तुसीं की कह सकदे हो। देखो कारण उन्होंने पिछे ये है कि अज जे असी गल करते हैं कि जिहड़ा साडा पढ़िया लिखिया वर्ग है जिस तरह असी पहला भी गल की है कि जिहड़ा साडा पढ़िया लिखिया वर्ग आ उह स्वार्थ ते पदार्थ दे अधीन आ उस दौड़ च उस अन्नी दौड़ च शामिल आ वह आपके बच्चे अंग्रेजी स्कूल आ जिहड़ा वह चाहे हिंद अपना सिख दुश्मन ताकतों के स्कूल ने वह एक एक पल भी सोचता नहीं कि मैं इस स्कूल में नहीं लाना क्योंकि उहदे लई मैं समझदा कि उहदी भी एक मजबूरी बनी हुई है कि जिहड़ा आपके बच्चे उहदे चंगे भविष्य लई सोचदा ते दूजे पासे उहदे कोल कोई ऑप्शन नहीं क्योंकि सिखां ने जिहड़े खालसा स्कूलां ते खालसा कॉलेजां दी पिरत सी जिहड़ी उह उहदे तों हथ पिछे खिच ली बिल्कुल मध्यम पै गई। अज जे असीं पूरे पंजाब दे विच नज़र मारीए तां सानूं कोई भी इस तरह का एक स्कूल कॉलेज जिहड़ा खालसा स्कूल कॉलेज आ नज़र नहीं आउंदा जिहड़ा सानूं बच्चियां नूं विश्व पद्धर के मुकाबले की मतलब योग्यता देण दे पढ़ाई कराउण दे समर्थ होवे। सो ये साडी कौम की भी त्रासदी है तो दूसरे पासे जिहड़ी अज मुकाबलेबाजी का युग भी आ ते स्वार्थ ते पदार्थ की दौड़ भी आ ते साडे जिहड़े सिख धर्म के लोग ने वह बिना यह सोचे समझे कि साडा बच्चा जिहड़ा जदों ये विरसे नालों टुट जाना जदों इन्हें धर्म नालों टुट जाना तो इन्हें जिहड़ा सिखी तो दूर चलिया जाना वह इस गल की परवाह किए बिना उन्हां स्कूलां दे विच उन्हूं दाखिल करवाउंदे ने ते इस कारण मैं समझदा कि जिहड़े अंग्रेजी अखबार जे किसी जिस तरह अज असी मतलब डंके दी चोट नाल असी कह रहे हैं कि जिहड़ा अंग्रेजी पहरेदार आ ये वॉयस ऑफ पंथ पंथ की आवाज होगा जो कुछ सिखी सिद्धांतों की रोशनी विच असी जो कुछ भी कह सकते हैं जो कुछ भी कर सकते हैं वह इस अखबार के राही किया जाऊगा कोई लुक छिपा जिहड़ा वह असी नहीं रखिया। सो खंडे का जिहड़ा निशान साहब आ जिहड़ा वह पहरेदार दे मतलब टाइटल ते दिता गया वा उहदा भी कारण आ कि भावें असी सिख पंथ की आवाज़ हाँ परंतु साडा जिहड़ा मंतव आ वह बिशप नूं अपने अपने दायरे विच अपने कलावे विच लैना क्योंकि खंडा है जिहड़ा वह इस गल का प्रतीक है कि सिख धर्म आ जिहड़ा यह विश्व पूरे समुचे विश्व नूं जिहनूं असीं हलेमी राज की गल करदे आ उहनूं अपने पूरे विश्व नूं अपने कलावे विच लैण दा वह जिहड़ा साडा यह प्रतीक आ उस ही प्रतीक नूं असीं लैके अगे चले आ ते जिहड़ी पिछले अखबार ने जिहड़े उहनां दे तुसीं मतलब फलॉप होण दी गल करदे हो फेल होण दी गल करदे हो मैं समझदा कि हुण तक इस पासे ना तां कौम ने कदे ध्यान दित्ता
जिस तरह इस गल की चेता प्रगटाई जाती है कि अज जदों हर जागरूक सिख जिहड़ा माड़ा मोटा भी सोच रखता कि उन्हें पता कि मीडिया जिहड़ा वो इस वेले सब तो शक्तिशाली हथियार है, किसी भी रूप से देख लो मीडिया जिहड़ा वो इस वेले सब तो शक्तिशाली हथियार है, परंतु उस दे बावजूद कौम ने हाले तक इस तरह का कोई उपराला नहीं किया कि कौम का शक्तिशाली मीडिया जिहड़ा वो स्थापित किया जाए। सो दयाल सिंह मजीठिया ने अंग्रेजी अखबार शुरू किया, अंत की होया कि वो हिंदूवादी ताकतों के हत्थ चलिया गया, सिख विरोधी ताकतों के हत्थ चलिया गया। उस तो बाद मंगल सिंह ने हिंदुस्तान टाइम्स अखबार शुरू किया, अंत की होया उही जिहड़ा ट्रिब्यून वाला। सो क्योंकि कौम आ जिहड़ी उन्हें हाले तक इस गल नूं गंभीरता नाल नहीं लिया, मैं समझदा कि जिहड़ा सिखां दा शक्तिशाली मीडिया जिहड़ा सानू जिहड़े सरदारी सानू गुरु साहब ने बख्शी सी उस सरदारी नूं कायम रखण दे लई, उस सरदारी दी गूंज पूरे विश्व दे विच पाउण दे लई जिहड़े मीडिया दी सानू लोड़ आ, उहदे बारे कौम हाले तक क्योंकि गंभीर नहीं होई। तो जदों तक कौम गंभीर नहीं होगी तो जो कुछ असी पिछले समयां दे विच देखिया वो साडे नाल बार बार दोहरांदा जाऊगा। सो ये अज असी जिस सिरड नूं लैके सिर्फ तो सिर्फ सिरड सिरड नूं लैके असी अगे तुरे हाँ, तो किन्नी देर असी इस सिरड दे नाल कल्ले सिरड दे नाल मुकाबला कर सकते हैं, ये मैं समझदा कि हर तुसीं किस तरह सिख कौम नूं इस गल दा एहसास कराओगे कि अंग्रेजी दा जिहड़ा पहरेदार आ उहनूं जरूर पढ़ना चाहिए। देखो जो कुछ मैं हुण तक तुहाडे नाल जिहड़े विचार ने जिहड़े मेरे मन दे बलबले ने सांझे कीते ने, इस तों बाद भी जे मैं समझदा कि कोई लोड़ आ होर कुछ समझाउण दी किसे नूं ते वो मेरी समझ तो बाहरी गल आ। अगली गल ये आ कि पहरेदार खुद बोलूगा, जिहड़ा साडा अंग्रेजी दा पहरेदार आ उहदा होका जिहड़ा वो हर उस सिख नूं जिहड़ा हुण तक गफलत दी नींद सुत्ता होया उहदे कन्नां च जरूर गूंजूगा, एक बार उहने जागणा ਜਾਂ ਮਚਲੇ ਹੋ ਕੇ ਸੁੱਤੇ ਰਹਿਣਾ ਇਹ ਉਹਦੀ ਮਰਜ਼ੀ ਹੈ। ਠੀਕ ਹੈ ਜੀ, ਇਸ ਅਖਬਾਰ ਦੇ ਕਿੰਨੇ ਪੰਨੇ ਹੋਣਗੇ ਅਤੇ ਇਹਦੇ ਵਿੱਚ ਕਿਹੜੇ ਕਿਹੜੇ ਸੈਗਮੈਂਟ ਹੋਣਗੇ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ? ਦੇਖੋ ਜੀ, ਫਿਲਹਾਲ ਜਿਸ ਤਰ੍ਹਾਂ ਅਸੀਂ ਵਾਰ ਵਾਰ ਇੱਕ ਗੱਲ ਕਰ ਰਹੇ ਹਾਂ ਕਿ ਸੀਮਤ ਸਾਧਨਾਂ ਦੇ ਨਾਲ ਇਹ ਅਸੀਂ ਅਗਲੀ ਪਲਾਂਘ ਆ ਜਿਹੜੀ ਇਹ ਪੱਟੀ ਆ, ਅਤੇ ਫਿਲਹਾਲ ਅਸੀਂ ਇਹਦੇ 8 ਪੰਨੇ ਨੇ ਜਿਹੜੇ ਉਹ ਲੈ ਕੇ ਚੱਲਾਂਗੇ। ਸੋ ਉਹਦੇ ਵਿੱਚ ਇੱਕ ਸਾਡਾ ਜਿਹੜੀ ਅਸੀਂ ਗੱਲ ਕੀਤੀ ਆ ਸਿੱਖੀ ਸਿਧਾਂਤਾਂ ਬਾਰੇ ਇੱਕ ਪੰਨਾ ਵਿਸ਼ੇਸ਼ ਰੂਪ ਦੇ ਵਿੱਚ ਜਿਹੜੇ ਸਾਡੇ ਉਹ ਆਰਟੀਕਲ ਨੇ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਲਈ ਜ਼ਰੂਰੀ ਨੇ। ਇੱਕ ਪੰਨਾ ਅਸੀਂ ਜਿਹੜਾ ਸਾਡੇ NRI ਵੀਰ ਜਿਹੜੇ ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਨੇ ਅਤੇ ਖਾਸ ਕਰਕੇ ਜਿਹੜੀ ਉੱਥੇ ਜਿਹੜੀ ਨਵੀਂ ਪੀੜ੍ਹੀ ਆ ਜਿਹਦੇ ਮਨ 'ਚ ਸਿੱਖੀ ਦਾ ਬਲਬਲਾ ਜਾਗਿਆ ਹੋਇਆ, ਉਹਨਾਂ ਨੂੰ ਮਤਲਬ ਸਿੱਖੀ ਦੇ ਨਾਲ ਜੋੜਨ ਦੇ ਲਈ ਉਸ ਧੁਰੇ ਨਾਲ ਜੋੜਨ ਲਈ ਇੱਕ ਪੰਨਾ ਅਸੀਂ ਉਹਨਾਂ ਲਈ ਦੇਵਾਂਗੇ। ਸੋ ਬਾਕੀ ਜਿਹੜਾ ਸਮੇਂ ਸਮੇਂ ਅਨੁਸਾਰ ਜਿਹੜਾ ਅੱਜ ਦੇ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਆ ਕਿ ਮੁਕਾਬਲੇਬਾਜ਼ੀ ਦੇ ਯੁੱਗ 'ਚ ਜੋ ਕੁਝ ਵੀ ਸਾਡੇ ਨੌਜਵਾਨ ਪੀੜ੍ਹੀ ਦੀ ਲੋੜ ਆ ਉਹਨਾਂ ਨੂੰ ਗਿਆਨਵਾਨ ਬਣਾਉਣ ਦੀ, ਉਹਨਾਂ ਨੂੰ ਅੱਗੇ ਲੈ ਕੇ ਜਾਣ ਦੀ, ਉਹਨਾਂ ਨੂੰ ਹਰ ਖੇਤਰ ਦੇ ਮਾਹਰ ਬਣਾਉਣ ਦੀ, ਉਹਦੇ ਮੁਤਾਬਕ ਜਿੰਨੀ ਕੁ ਕੋਸ਼ਿਸ਼ ਸਾਡੇ ਕੋਲੋਂ ਹੋ ਸਕੂਗੀ ਜ਼ਰੂਰ ਕਰਾਂਗੇ। ਬਿਲਕੁਲ ਜੀ, ਮੈਂ ਸਮਝਦਾ ਕਿ ਤੁਸੀਂ ਬਹੁਤ ਵੱਡੀ ਵਧਾਈ ਦੇ ਪਾਤਰ ਹੋ, ਸੱਚੇ ਪਾਤਸ਼ਾਹ ਨੇ ਤੁਹਾਡੇ 'ਤੇ ਬਹੁਤ ਵੱਡੀ ਕਿਰਪਾ ਕੀਤੀ ਹੈ ਕਿ ਤੁਸੀਂ ਸਿੱਖ ਕੌਮ ਨੂੰ ਇੱਕ ਹਲੂਣਾ ਦਿੰਦੇ ਹੋਏ ਉਹਨਾਂ ਨੂੰ ਵਿਸ਼ਵ ਪੱਧਰ 'ਤੇ ਮੁਕਾਬਲੇ ਦੇ ਯੋਗ ਬਣਾਉਣ ਵਾਸਤੇ ਔਰ ਗੁਰਮਤਿ ਸਿਧਾਂਤਾਂ ਦੀ ਅਤੇ ਸਿੱਖੀ ਜਿਹੜੇ ਸਿਧਾਂਤ ਨੇ ਉਹਨਾਂ ਦੀ ਪਹਿਰੇਦਾਰੀ ਵਾਸਤੇ ਇਹ ਜਿਹੜਾ ਅਖਬਾਰ ਸ਼ੁਰੂ ਕੀਤਾ। ਮੈਂ ਦਰਸ਼ਕਾਂ ਵੱਲੋਂ ਆਪਣੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ। ਇਸ ਦੇ ਨਾਲ ਹੀ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।